ਅਗਰ ਤੁਸ ਲੋਗ ਵੀ ਬਾਹਰ ਵਾਲੇ ਪਾਸੇ ਜਾਵਾ ਕਰਦੇ ਹੋ ਤੇ ਉਹੀ ਜਾਓ ਸਾਵਧਾਨ ਨਮਸਕਾਰ ਆਉਂ ਮੈਂ ਪੂਜਾ ਸ਼ਰਮਾ ਤੇ ਤੁਸ ਸਿੱਖਾ ਕਰਦੇ ਹੋ ਜੇ ਕੇ ਅਪਡੇਟ ਇੱਕ ਪਾਸੇ ਕੱਲ ਰਾਹੁਲ ਗਾਂਧੀ ਜਿਹੜੇ ਨੂੰ ਜੰਮੂ ਪੁਜਨੇ ਆਲੇ ਨੇ ਉੱਥੇ ਕੇ ਦੂਏ ਪਾਸੇ ਪਿਛਲੇ ਕੱਲ ਨਰਵਾਲ ਚ ਜਿਹੜੇ ਹਾਦਸੇ ਜਿ ਵਿੱਚ ਬੜੇ ਸਾਰੇ ਮਾਸੂਮ ਜਿਹੜੇ ਨੇ ਉਹ ਘਾਇਲ ਹੋਈਏ ਤੇ ਉਸ ਹਾਦਸੇ ਦੇ ਬਾਅਦ ਹੁਣ ਸਾੜੀ ਪੁਲਿਸ ਕਰਮੀ ਤੇ ਕਰਨੇ ਕਰਨੇ ਸੁਰੱਖਿਆ ਕਰਮੀ ਜਿਹੜੇ ਉਹ ਬੜੇ ਸ਼ਕਤੀ ਜਿਹੜੇ ਉਹਨਾਂ ਕਰਾ ਕਰਦੇ ਚੱਪੇ ਚੱਪੇ ਜਿਹੜੇ ਨੇ ਉਹ ਨਾਕੇ ਲਾਇਏ ਦੇ ਕੇ ਦਿਨ ਤੇ ਹਰ ਇੱਕ ਦੀ ਜਿਹੜੀ ਹੈ ਚੈਕਿੰਗ ਕੀਤੀ ਦੀ ਜਾ ਕਰਦੀ ਹੈ ਕਿ ਆ ਫਿਰ ਉਹ ਗੱਡੀਆਂ ਹੋਈਆਂ ਜਾਂ ਕੋਈ ਵੀ ਹੋ ਕਰਦਾ ਹਰ ਕੋਈ ਅਗਰ ਬਾਹਰ ਨਿਕਲਾ ਕਰਦਾ ਤੇ ਉਹਦੀ ਚੈਕਿੰਗ ਜਿਹੜੀ ਹੈ ਉਹਨੂੰ ਸ਼ਕਤੀ ਦੌਰੇ ਉੱਪਰ ਕੀਤੀ ਦੀ ਜਾ ਕਰਦੀ ਹੈ ਕਿਉਂਕਿ ਕੁਝ ਦਿਨਾਂ ਦੇ ਬਾਅਦ 26 ਜਨਵਰੀ ਜਿਹੜੀ ਆ ਉਹ ਵੀ ਆਣੇ ਆਲੀ ਹੈ ਤੇ ਇਹਦੇ ਚੱਲਦੇ ਉਹਨ ਹਾਈ ਅਲਰਟ ਜਿਹੜਾ ਹੈ ਉਹ ਜਾਰੀ ਹੋਈਗੇ ਤਾਂ ਜਿਹਦੇ ਚੱਲਦੇ ਉਹਨ ਅਗਰ ਕੋਈ ਵੀ ਅਗਰ ਬਾਹਰ ਜਾ ਕਰਦਾ ਹੈ ਤੇ ਉਹਦੀ ਚੈਕਿੰਗ ਜਿਹੜੀ ਉਹਨੂੰ ਸਖਤੀ ਦੌਰ ਉਪਰ ਕੀਤੀ ਦੀ ਜਾ ਕਰਦੀ ਹੈ ਤਾਂ ਕਿਉਂਕਿ ਪਿਛਲੇ ਕੱਲ ਜਿਹੜਾ ਹਾਦਸਾ ਹੋਇਆ ਉਹਦੇ ਦੇ ਬਾਅਦ ਹਰ ਇੱਕ ਉੱਪਰ ਜੜੀ ਉਹ ਨਿਗਰਾਨੀ ਰੱਖੀ ਦੀ ਜਾ ਕਰਦੀ ਹੈ ਕਿਉਂਕਿ ਉਹ ਹਾਦਸਾ ਜਿਹੜਾ ਹੈ ਉਹ ਹਾਦਸਾ ਅਚਾਨਕ ਇੰਨੇ ਬਿਜ਼ੀ ਜਗ੍ਹਾ ਉੱਪਰ ਹੋਣਾ ਤੇ ਇੱਕ ਗਈ ਆਮ ਗੱਲ ਨਹੀਂ ਜਿੱਦੇ ਚਲਦੇ ਉਹਨਾਂ ਹਰ ਇੱਕ ਉੱਪਰ ਨਿਗਰਾਨੀ ਜੜੀ ਰੱਖੀ ਜਾ ਕਰਦੀ ਹੈ ਤਾਂ ਕਿ ਉਹ ਕੋਈ ਵੀ ਨਿਕਮੂਟਾ ਹਾਦਸਾ ਜਿਹੜਾ ਹੋਰ ਵਰਤੀ ਹੈ ਨਹੀਂ ਹੋਏ ਜਿੱਦੇ ਚਲਦੇ ਉਹਨਾਂ ਅਗਰ ਕੋਈ ਵੀ ਬਾਹਰ ਜਾ ਕਰਦਾ ਹੈ ਤੇ ਉਹ ਧਿਆਨ ਕਰਨ ਨਿਕਲੇ ਆਪਣੇ ਸਾਰੇ ਡਾਕੂਮੈਂਟ ਜਿਹੜੇ ਉਹਨ ਲਈ ਹੈਗਾ ਬਾਹਰ ਨਿਕਲੇ ਕਿਉਂਕਿ ਪੁਲਿਸ ਕਰਮੀ ਜਿਹੜੇ ਨੇ ਉੱਚਾ-ਪੱਜਾ ਪਰ ਨਾਕਾ ਲਾਈਆ ਖੜੋਤੇ ਦੇਣ ਤੇ ਹਰ ਇੱਕ ਦੀ ਜਿਹੜੀ ਹੈ ਨਾ ਹਰ ਇੱਕ ਉੱਪਰ ਨਜ਼ਰ ਰੱਖਾ ਕਰਦੇ ਨੇ ਤੇ ਕਨੇ ਕਨੇ ਹਰ ਇੱਕ ਦੇ ਡਾਕੂਮੈਂਟਸ ਤੇ ਹਰ ਇੱਕ ਦੀ ਸਿਕਿਉਰਿਟੀ ਜਿਹੜੀ ਹੈ ਚੈਕਿੰਗ ਬੜੀ ਖਾਸ ਤੌਰ ਉਪਰ ਜਿਹੜੀ ਹੈ ਉਹ ਕੀਤੀ ਦੀ ਜਾ ਕਰਦੀ ਹੈ ਤੇ ਅਗਰ ਤੁਸੀਂ ਬਾਹਰ ਨਿਕਲਦੇ ਹੋ ਤੇ ਸਾਰੇ ਡਾਕੂਮੈਂਟਸ ਆਪਣੇ ਜਿਹੜੇ ਆ ਉਹ ਨਿਕਲੀ ਹੈ ਕੇ ਬਾਹਰ ਨਿਕਲੇ ਹੋ ਤੇ ਨੇ ਜੇਕਰ ਨੂੰ ਨਾਮ ਪੂਜਾ ਸ਼ਮਾ થોੜੇ ਤੋਂ ਮੈਂ ਇਜਾਜ਼ਤ ਲੈਣੀ ਆ ਅਗਦੀ ਜਾਣਕਾਰੀ ਲਈ ਜੇ ਕਿ ਅਪਡੇਟ ਕਰਨ ਬਾਰੇ ਦੇ ਰਹੋ ਧੰਨਵਾਦ क्या बात है मिस्त्री बड़ा परेशान लग रहा है क्या बताएं बाबूजी? कई कंपनियों के कील लाए पर सभी के सभी टेढ़े हो जा रहे हैं इन कीलों ने तो परेशान कर दिया है परेशानी दूर करनी है तो आर के इंडस्ट्रीज के स्ट्राइक ब्रांड के कील और कब्जे ही उपयोग करो जो देते हैं मजबूती की गारंटी तो चले फिर स्ट्राइक ब्रांड के ले लें बिल्कुल चलो स्ट्राइक ब्रांड लगाओगे ਤਮ ਮਜ਼ਬੂਤੀ ਪਾਓਗੇ ਹਰ ਪਰੇਸ਼ਾਨੀ ਕੋ ਵੀ ਭਗਾਓਗੇ